ਰਾਮ ਹਾਉ ਆਰ ਯੂ ਦੇਖ ਲਓ ਮੈਂ ਕੈਂਟ ਲੱਗ ਰਿਹਾ ਅੱਜ ਬਹੁਤ ਕੈਂਟ ਲੱਗ ਰਹੇ ਹੋ ਪੂਰੀ ਤੁਹਾਡੇ ਆਉਣ ਦੀ ਖੁਸ਼ੀ ਚ ਮੈਂ ਅੱਜ ਨਾ ਆਏ ਹਾਈ ਕੀ ਬਾਤ ਹੈ ਥੈਂਕ ਯੂ ਸੋ ਮਚ ਆ ਜਾ ਪਲੀਜ਼ ਕੀ ਕਰ ਰਹੇ ਸੀਗੇ ਬਸ ਵੇਟ ਕਰ ਰਹੇ ਸੀ ਤੁਹਾਡੀ ਹੈ ਸੱਚੀ ਦੱਸੋ ਲੈ ਸਹੀ ਗੱਲ ਆ ਲੋ ਫਿਰ ਮੈਂ ਤੁਹਾਡੇ ਲਈ ਕੁਝ ਲੈ ਕੇ ਆਈ ਹਾਂ ਅੱਛਾ ਮੇਰੇ ਵਰਗੇ ਕਿਉਂ ਜੇ ਓਏ ਹੋਏ ਹੋਏ ਯਾਰ ਮੈਨੂੰ ਕਦੀ ਕਿਸੇ ਕੁੜੀ ਨੇ ਫਲਾਵਰ ਨਹੀਂ ਦਿੱਤੇ ਪਤਾ ਸੱਚੀ ਦੱਸੋ ਤੁਸੀਂ ਮੇਰੇ ਸਾਰੇ ਦਿਨ ਦੀ ਪੇਮੈਂਟ ਦੇ ਦਿੱਤੀ ਆ ਮੈਨੂੰ ਅੱਜ ਤਾਂ ਬਸ ਪਲੀਜ਼ ਥੈਂਕ ਯੂ ਸੋ ਮਚ ਤੇ ਸ਼ੁਰੂ ਕਰਦੇ ਆ ਤੁਹਾਡੀ ਡੇਲੀ ਰੂਟੀਨ ਤੋਂ ਵੈਸੇ ਫੁੱਲ ਜ਼ਿਆਦਾ ਮੁੰਡੇ ਕੁੜੀਆਂ ਨੂੰ ਦਿੰਦੇ ਹੁੰਦੇ ਅੱਜ ਮੈਨੂੰ ਪਹਿਲੀ ਵਾਰੀ ਇਤਿਹਾਸ ਚ ਇੰਨਾ ਵੱਡਾ ਬੁੱਕੇ ਰੋਜ਼ਸ ਦਾ ਕਿਸੇ ਕੁੜੀ ਨੇ ਕਿਸੇ ਮੁੰਡੇ ਨੇ ਦਿੱਤਾ ਹੋਣਾ ਸੱਚੀ ਮੈਂ ਨਾ ਰੱਖੀ ਹੈ ਯਾਰ ਚਲੋ ਵਧੀਆ ਇਸ ਖੁਸ਼ੀ ਚ ਪਹਿਲਾਂ ਤੁਸੀਂ ਕੁਝ ਖਾਓ ਓ ਮਾਈ ਗੋਡ ਲਓ ਜੀ ਤੁਸੀਂ ਡਰਾਈ ਫਰੂਟ ਲਓ ਪਹਿਲਾਂ ਤਾਂ ਥੈਂਕ ਯੂ ਸੋ ਮਚ ਤਗੜੇ ਹੋ ਜਾਓ ਕਿਉਂਕਿ ਤੁਸੀਂ ਅੱਜ ਬਹੁਤ ਸਾਰੇ ਕੁਐਸਚਨ ਪੁੱਛਣੇ ਮੈਨੂੰ ਪਤਾ ਲਿਸਟ ਬਣਾ ਕੇ ਲਿਆਏ ਆ ਹਾਂਜੀ ਤੁਹਾਡੀ ਡੇਲੀ ਰੂਟੀਨ ਬਾਰੇ ਦੱਸੋ ਡੇਲੀ ਰੂਟੀਨ ਕੋਈ ਫਿਕਸ ਨਹੀਂ ਹੈਗਾ ਮੈਨੂੰ ਕੋਈ ਵੀ ਪੁੱਛੇ ਨਾ ਕਿ ਵਟ ਇਜ਼ ਯੋਰ ਫਿਕਸ ਰੂਟੀਨ ਮੇਰੇ ਕੋਲ ਕੋਈ ਆਨਸਰ ਨਹੀਂ ਜਦੋਂ ਸ਼ੋਅ ਤੇ ਜਾਣਾ ਹੋਵੇ ਉਦੋਂ ਹੋਰ ਹੁੰਦੀ ਉਦੋਂ ਅਰਲੀ ਉੱਠ ਕੇ ਅਰਲੀ ਜਿਮ ਜਾਈਦਾ ਜਾਂ ਗਰਾਊਂਡ ਜਾਣਾ ਹੁੰਦਾ ਅਤੇ ਸੀਜ਼ਨ 'ਚ ਤਾਂ ਇੱਦਾਂ ਹੀ ਹੁੰਦਾ ਬੇਸਿਕਲੀ ਅਤੇ ਜਿਹੜੇ ਜਿਵੇਂ ਹੁਣ ਗਰਮੀ ਆ ਹੁਣ ਮੇਲੇ ਹੁੰਦੇ ਆ ਮੇਲੇ ਦੁਪਹਿਰੇ 3-4 ਵਜੇ ਸ਼ੁਰੂ ਹੁੰਦੇ ਆ ਸੋ ਹੁਣ ਮੈਂ ਆਰਾਮ ਨਾਲ ਉੱਠਦਾ ਮੈਨੂੰ ਸੌਣ ਦਾ ਬਹੁਤ ਸ਼ੌਂਕ ਹੈ ਲੱਗ ਰਿਹਾ ਤੁਸੀਂ ਮਤਲਬ ਫਿਟਨੈਸ ਫਰੀਕ ਹੋ ਜਿਮ ਜਾਂਦੇ ਹੋ ਤੇ ਡਾਈਟ ਪਲਾਨਸ ਮੈਂ ਸ਼ੋਅ ਆਫ ਜ਼ਿਆਦਾ ਕਰਦਾ ਐਦਾਂ ਹੈ ਨਹੀਂਗਾ ਸੱਚੀ ਟਰਾਈ ਕਰ ਰਿਹਾ ਕਿ ਫਿੱਟ ਹੋ ਜਾਵਾਂ ਬਹੁਤ ਫਿੱਟ ਹੋ ਜਾਵਾਂ ਪਰ ਸਕੇਜੂਲਸ ਇਦਾਂ ਦੇ ਆ ਤਾਂ ਤੁਸੀਂ ਫਿੱਟ ਹੀ ਲੱਗ ਰਹੇ ਹੋ ਵੈਸੇ ਬਹੁਤ ਚੀਜ਼ਾਂ ਮੈਨੇਜ ਨਹੀਂ ਹੁੰਦੀਆਂ ਨਹੀਂ ਅਜੇ ਬੜਾ ਹੋਰ ਵੱਡਾ ਡੋਲੇ ਸ਼ੋਲੇ ਬਣਾਣੇ ਆ ਤੇ ਕਿਹੜੀ ਇਹੋ ਜੀ ਕੋਲੋਂ ਲੰਗੀ ਜਿਹਨੇ ਗੁਰਨਾਮ ਦੀ ਜਿੰਦ ਸੂਲੀ ਤਾਂ ਟੰਗਦੀ ਇਹਦੇ ਬਾਰੇ ਦੱਸੋ ਇਹ ਹੀਰ ਜੀਆਂ ਕੁੜੀਆਂ ਗਾਣੇ ਦੀ ਲਾਈਨ ਆ ਠੀਕ ਆ ਵਰਕ ਹੋਮਵਰਕ ਕਰਕੇ ਆਇਆ ਹਾਂ ਆਈ ਐਮ ਇੰਪ੍ਰੈਸਡ ਥੈਂਕ ਯੂ ਚਲੋ ਫਿਰ ਇਹ ਦੱਸ ਦੋ ਗੁਰਨਾਮ ਦੀ ਹੀਰ ਕਿਵੇਂ ਦੀ ਆ ਹਾਏ ਹਾਏ ਅਜੇ ਹੈ ਨਹੀਂ ਜਦੋਂ ਹੋਊਗੀ ਨਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸੂਗਾ ਇਹ ਚੈਨਲ ਵਾਲਿਆਂ ਨੂੰ ਪਹਿਲਾਂ ਦੱਸੂਗਾ ਪਰ ਸਟਿਲ ਸੱਚੀ ਨਹੀਂ ਹੈਗੀ ਤੇ ਫਿਰ ਜਦੋਂ ਹੋਊਗੀ ਤਾਂ ਕਿਵੇਂ ਦੀ ਹੋਊਗੀ ਇਹ ਦੱਸ ਦੋ ਹਾਂ ਬਸ ਉਹ ਬਹੁਤ ਸਿੰਪਲ ਹੋਊਗੀ ਜਿੱਦਾਂ ਕਿ ਮੈਂ ਹਾਂ ਓਕੇ ਕੁਛ ਲੋਕ ਹੁੰਦੇ ਬੜਾ ਸ਼ੋਅ ਆਫ ਕਰਦੇ ਚੀਜ਼ਾਂ ਨੂੰ ਉਹਦਾਂ ਦੀ ਨਹੀਂ ਹੋਊਗੀ ਮੇਰੇ ਵਰਗੀ ਹੋਊਗੀ ਬਸ ਜਿਵੇਂ ਹੈ ਠੀਕ ਆ ਤੇ ਤੁਹਾਡੀ ਮੰਮੀ ਲੱਭੂਗੀ ਜਾਂ ਤੁਸੀਂ ਆਪ ਲੱਭੂਗੇ ਨਹੀਂ ਅਸੀਂ ਦੋਵੇਂ ਲੱਭਾਂਗੇ ਮਾਂ ਪੁੱਤ ਰਲ ਕੇ ਲੱਭਾਂਗੇ ਚਲੋ ਠੀਕ ਆ ਬਹੁਤ ਵਧੀਆ ਗੱਲ ਹੈ ਹੀਰ ਇੱਕ ਵਾਰੀ ਦਾ ਹੋ ਜੇ ਹੀਰ ਦੀਆਂ ਕੁੜੀਆਂ ਕਿ ਹੀਰ ਹੋ ਜੇ ਗਾਣਾ ਅੱਛਾ ਅੱਛਾ ਹਾਂ ਤੁਹਾਡਾ ਗਾਣਾ ਮੁੰਡਿਆਂ ਦੀ ਅੱਖ ਸ਼ਿਕਾਰੀ ਉਹ ਫਿਰ ਪਛਤਾਉਂਦੀਆਂ ਨੇ ਹੀਰ ਜੀਆਂ ਕੁੜੀਆਂ ਯਾਰੋ ਫਿਰ ਇਸ਼ਕ ਜਗਾਉਂਦੀਆਂ ਨੇ ਹੀਰ ਜੀਆਂ ਕੁੜੀਆਂ ਯਾਰੋ ਕੀ ਬਾਤ ਹੈ ਮਜ਼ਾ ਆ ਗਿਆ ਗੁਰਨਾਮ ਤੁਹਾਨੂੰ ਕਿਹੜੀ ਚੀਜ਼ ਨਰਵਸ ਕਰਦੀ ਆ ਮੈਨੂੰ ਕਿਹੜੀ ਚੀਜ਼ ਨਰਵਸ ਕਰਦੀ ਹੈ ਜਦੋਂ ਮੈਨੂੰ ਕੋਈ ਜੱਜ ਕਰ ਰਿਹਾ ਹੋਵੇ ਓਕੇ ਮਤਲਬ ਮੈਨੂੰ ਪਤਾ ਇੱਦਾਂ ਕੋਈ ਬੰਦਾ ਸਾਹਮਣੇ ਹੋਵੇ ਉੱਦਾਂ ਹਜ਼ਾਰਾਂ ਦੀ ਆਡੀਅੰਸ ਹੁੰਦੀ ਆ ਰਾਈਟ ਅਤੇ ਇੱਦਾਂ ਹੁੰਦਾ ਕਿ ਸਾਰੇ ਪਿਆਰ ਕਰਨ ਵਾਲੇ ਆ ਸਾਰੇ ਇੰਜੋਏ ਕਰਨ ਲਈ ਬੈਠੇ ਆ ਉਦੋਂ ਮੈਨੂੰ ਬਿਲਕੁਲ ਟੈਨਸ਼ਨ ਨਹੀਂ ਹੁੰਦੀ ਔਰ ਕਈ ਵਾਰੀ ਕੀ ਹੁੰਦਾ ਕਿ ਆਪਾਂ ਸਿੰਗਲ ਪਰਸਨ ਨੂੰ ਮਿਲਣ ਜਾਣਾ ਹੁੰਦਾ ਜਾਂ ਅਗਲੇ ਦੀ ਨੇਚਰ ਦਾ ਪਤਾ ਹੁੰਦਾ ਅਤੇ ਜਿਹੜਾ ਜੱਜ ਕਰਨ ਵਾਲਾ ਹੋਵੇ ਹੈ ਨਾ ਅਤੇ ਮੈਨੂੰ ਬਹੁਤ ਟੈਨਸ਼ਨ ਹੁੰਦੀ ਹੈ ਫਿਰ ਮੈਂ ਨਰਵਸ ਹੋ ਜਾਂਦਾ ਮੈਨੂੰ ਸਾਹ ਚੜ੍ਹ ਜਾਂਦਾ ਵੀ ਪਤਾ ਨਹੀਂ ਇਹ ਹਾਂ ਮੇਰੀ ਇਹ ਹੱਥ ਰੱਖਣ ਤੋਂ ਵੀ ਗਲਤੀ ਕੱਢ ਰਿਹਾ ਅਤੇ ਕਿਹੜੀ ਚੀਜ਼ ਤੋਂ ਸ਼ਾਏ ਹੁੰਦੇ ਹੋ ਸ਼ਾਏ ਤਾਂ ਨਹੀਂ ਹੁੰਦਾ ਮੈਂ ਕਦੇ ਵੀ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਕਿਸੇ ਵੀ ਚੀਜ਼ ਤੋਂ ਸ਼ਾਏ ਹੁੰਦਾ ਬਿਲਕੁਲ ਵੀ ਨਹੀਂ ਮਾੜਾ ਜਿਹਾ ਵੀ ਨਹੀਂ ਉਹ ਦੇਖੋ ਬਲੈਸ਼ ਕਰ ਰਹੇ ਹੋ ਅਜੇ ਹੁਣ ਪਤਾ ਨਹੀਂ ਇੱਦਾਂ ਮੋਸਟ ਆਫ ਦਾ ਥਿੰਗਸ ਤੋਂ ਮੈਂ ਸ਼ਾਏ ਨਹੀਂ ਹੁੰਦਾ ਅਤੇ ਚਲੋ ਆਇਓ ਯਾਰ ਤੁਸੀਂ ਬੈਠੇ ਤੁਹਾਨੂੰ ਮੈਂ ਆਪਦਾ ਰੂਮ ਦਿਖਾਉਣਾ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਖੁਸ਼ ਕਰਦੀ ਆ ਓਏ ਲਾਈਟਾਂ ਲੁੱਟਾਂ ਕਰ ਲਓ ਮੈਂ ਇੱਦਾਂ ਹੀ ਕਰਦਾ ਮੈਂ ਜਦੋਂ ਉਹਨਾਂ ਦਾ ਸਾਰੀਆਂ ਲਾਈਟਾਂ ਛੱਡ ਦਿੰਦਾ ਕੀ ਬਾਤ ਹੈ ਬਹੁਤ ਵਧੀਆ ਸੋ ਬੈਠੋ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਖੁਸ਼ ਕਰਦੀ ਹੈ ਤੁਹਾਨੂੰ ਏਸੀ ਚਲਾ ਦਈਏ ਚਲਾ ਦਿਓ ਗਰਮੀ ਵਾਲੀ ਆ ਹਾਂ ਚਲਾ ਦਈਏ ਚੱਲ ਫੇਰ ਚਲੋ ਹਾਂਜੀ ਕਿਹੜੀ ਚੀਜ਼ ਖੁਸ਼ ਕਰਦੀ ਹੈ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਜ਼ਿਆਦਾ ਖੁਸ਼ ਕਰਦੀ ਆ ਮੈਨੂੰ ਜਦੋਂ ਕੋਈ ਚੰਗੀ ਤਰ੍ਹਾਂ ਮਿਲ ਲਏ ਖੁਸ਼ੀ ਨਾਲ ਸਮਾਈਲਿੰਗ ਫੇਸ ਨਾਲ ਆਈ ਥਿੰਕ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਇਹੀ ਹੁੰਦੀ ਹੈ ਮਤਲਬ ਤੁਸੀਂ ਅੱਜ ਬਹੁਤ ਖੁਸ਼ ਹੋ ਹੈ ਨਾ ਹਾਂ ਅੱਜ ਤੇ ਯਾਰ ਅੱਜ ਤੇ ਰੋਜ਼ੀ ਵੀ ਮਿਲਿਆ ਮੈਨੂੰ ਬੁੱਕੇ ਮਿਲਿਆ ਇੰਨੇ ਸਾਰੇ ਰੋਜ਼ੀ ਮਿਲਿਆ ਇਮੋਸ਼ਨਲ ਕੀ ਅੱਛਾ ਠੀਕ ਆ ਥੈਂਕ ਯੂ ਸੋ ਮਚ ਇਮੋਸ਼ਨਲ ਕਿਹੜੀ ਚੀਜ਼ ਕਰਦੀ ਹੈ ਇਮੋਸ਼ਨਲ ਕਈ ਵਾਰੀ ਜਿੱਦਾਂ ਮੈਂ ਬਹੁਤ ਸੁਪਨੇ ਦੇਖੇ ਪਹਿਲਾਂ ਹਨ ਪਹਿਲਾਂ ਕਿ ਕੁਝ ਸਾਲ ਪਹਿਲਾਂ ਹਾਂਜੀ ਔਰ ਜਦੋਂ ਕੋਈ ਵੱਡਾ ਸੁਪਨਾ ਪੂਰਾ ਹੁੰਦਾ ਤਾਂ ਉਦੋਂ ਮੈਂ ਬਹੁਤ ਇਮੋਸ਼ਨਲ ਹੁੰਦਾ
ਉਹ ਜਿਹੜੀ ਸਟਰਗਲ ਕੀਤੀ ਹੈ ਸਾਰੀ, ਕਿਉਂਕਿ ਆਈ ਐਮ ਵਨ ਆਫ ਦੈਮ, ਇਹਨਾਂ ਨੇ ਬਹੁਤ ਸਟਰਗਲ ਕੀਤੀ ਆ, ਬਹੁਤ ਮਿਹਨਤ ਕੀਤੀ ਆ, ਅਤੇ ਮੈਨੂੰ ਲੱਗਦਾ ਸਟਰਗਲ ਬੰਦੇ ਸਟਰਗਲਰ ਬੰਦੇ ਨੂੰ ਜਾਂ ਮਿਹਨਤੀ ਬੰਦੇ ਨੂੰ ਜਦੋਂ ਉਹਦੀ ਕੋਈ ਚੀਜ਼ ਮਿਲੇ, ਆਈ ਥਿੰਕ ਉਦੋਂ ਸਭ ਤੋਂ ਵੱਧ ਇਮੋਸ਼ਨਲ ਹੁੰਦਾ। ਮੈਂ ਵੀ ਮੇਰੀਆਂ ਅੱਖਾਂ ਭਰ ਆਉਂਦੀਆਂ ਵੀ, ਕਈ ਵਾਰੀ ਲੋਕਾਂ ਦਾ ਇੰਨਾ ਪਿਆਰ ਦੇਖ ਕੇ ਉਦੋਂ ਮੇਰੇ ਐਂ ਹੁੰਦਾ ਵੀ ਯਾਰ ਸੱਚੀ ਇਹ ਹੋ ਗਿਆ, ਜਾਂ ਕੋਈ ਨਵੀਂ ਚੀਜ਼ ਜਿਹੜੀ ਸੋਚੀ ਹੋਵੇ ਕਿ ਸਕਸੈਸਫੁਲ ਹੋ ਕੇ ਆਹ ਲਵਾਂਗੇ, ਅਤੇ ਉਹ ਜਦੋਂ ਮਿਲਦੀ ਆ ਉਦੋਂ ਉਹ ਖੁਸ਼ ਹੁੰਦੀ ਆ। ਜੀ, ਮੋਟੀਵੇਟ ਕੀ ਕਰਦਾ ਤੁਹਾਨੂੰ? ਮੋਟੀਵੇਟ ਜਦੋਂ ਕੋਈ ਕਮੀਆਂ ਕੱਢਦਾ ਨਾ, ਉਹ ਤੁਹਾਨੂੰ ਮੋਟੀਵੇਟ ਕਰਦੀ ਹੈ ਚੀਜ਼, ਰਾਈਟ ਹੈ ਨਾ। ਤੁਹਾਡਾ ਆਈਡਲ ਕੌਣ ਹੈ? ਮੇਰਾ ਆਈਡਲ ਇੱਕ ਗੁਰਨਾਮ ਆ ਜਿਹੜਾ ਲੰਡਨ ਵੈਂਬਲੇ ਅਰੀਨਾ 'ਚ ਗਾ ਰਿਹਾ, ਓਕੇ, ਉਹ ਮੇਰਾ ਆਈਡਲ ਆ। ਸੋ ਆਈ ਐਮ ਫਾਲੋਇੰਗ ਹਿਮ। ਇੰਪ੍ਰੈਸਿਵ। ਇਹ ਡਾਇਮੰਡ ਦੀ ਸਮਾਈਲ, ਖੁਸ਼ ਰਹਿਣ ਦਾ ਇਹ ਰਾਜ਼ ਕੀ ਆ? ਨਹੀਂ ਇੱਦਾਂ ਮੈਨੂੰ ਨਾ ਮੇਰੇ ਜਿਹੜੇ ਬਹੁਤ ਸਾਰੇ ਫਰੈਂਡਸ ਆ, ਜਿੱਦਾਂ ਬਹੁਤ ਕਈ ਕਮੈਂਟ ਆਉਂਦੇ ਆ, ਹਾਂਜੀ, ਅਤੇ ਇੱਦਾਂ ਲਿਖਿਆ ਹੁੰਦਾ ਕਿ ਤੁਹਾਡੀ ਸਮਾਈਲ ਬਹੁਤ ਵਧੀਆ ਜਾਂ ਇੱਦਾਂ, ਅਤੇ ਮੇਰੇ ਫਰੈਂਡਸ ਕਈ ਵਾਰੀ ਬੈਠੇ ਹੁੰਦੇ ਆ ਜਿੱਦਾਂ ਕੋਈ ਪੜ੍ਹ ਰਿਹਾ ਹੈ ਨਾ ਸਾਹਮਣੇ ਮੇਰੀ ਯੂਟਿਊਬ ਤੋਂ, ਮੈਂ ਬਹੁਤ ਕਮੈਂਟਸ ਨਹੀਂ ਪੜ੍ਹਦਾ, ਪਰ ਬਹੁਤ ਮੇਰੇ ਸਰਕਲ ਦੇ ਬੰਦੇ ਜਿਹੜੇ ਪੜ੍ਹ ਪੜ੍ਹ ਕੇ ਮੈਨੂੰ ਦੱਸਦੇ ਆ ਕਿ ਵੀਰੇ ਆਹ ਦੇਖੀ ਆ ਕੀ ਲਿਖਿਆ, ਅਤੇ ਲਿਖਿਆ ਹੁੰਦਾ ਸਮਾਈਲ ਸੋਹਣੀ ਆ, ਅਤੇ ਮੈਂ ਉਹਨੂੰ ਐਂ ਹੱਸ ਰਿਹਾ ਗੁਰਨਾਮ ਬਚਪਨ ਚ ਕਿੱਦਾਂ ਦਾ ਸੀਗਾ, ਨੋਟੀ ਜਾਂ ਸਾਊ? ਨਹੀਂ ਮੈਂ ਤੁਹਾਨੂੰ ਦੱਸਿਆ ਨਾ ਕਿ ਬਹੁਤ ਸਾਰੇ ਆਨਸਰਸ ਨੇ ਜਿਨ੍ਹਾਂ ਦਾ ਮੈਂ ਬਹੁਤ ਸਾਰੇ ਕੁਐਸਚਨਸ ਨੇ ਜਿਨ੍ਹਾਂ ਦਾ ਇੱਕ ਆਨਸਰ ਨਹੀਂ ਆ। ਮੈਂ ਕਦੇ ਕਦੇ ਬਹੁਤ ਨੋਟੀ ਹੋ ਜਾਂਦਾ ਸੀ, ਬਹੁਤ ਜ਼ਿਆਦਾ, ਅਤੇ ਕਦੇ ਕਦੇ ਇੱਦਾਂ ਸੜਿਆ ਜਾ ਹੈ ਨਾ, ਕਿਸੇ ਨੂੰ ਨਹੀਂ ਬੁਲਾਉਣਾ, ਬਹੁਤ ਅਲੱਗ, ਜਿੱਦਾਂ ਘਰ 'ਚ ਵੀ ਕਿਸੇ ਨੂੰ ਇਹ ਨਹੀਂ ਹੁੰਦਾ ਸੀ ਕਿ ਉਹ ਆ ਗਿਆ ਖੇਡ ਕੇ ਜਾਂ ਬੈਠਾ ਰੂਮ 'ਚ, ਅਤੇ ਕਦੇ ਮੈਂ ਸਾਰਾ ਘਰ ਸਿਰ 'ਤੇ ਚੱਕਿਆ ਹੁੰਦਾ ਸੀ। ਅੱਛਾ ਜੀ, ਆ ਜਾਓ ਆਪਾਂ ਉੱਤੇ ਚੱਲਦੇ ਹਾਂ। ਚਲੋ, ਅਤੇ ਕੋਈ ਸ਼ਰਾਰਤ ਤੁਹਾਨੂੰ ਅੱਜ ਤੱਕ ਯਾਦ ਹੋਵੇ ਜਿਹੜੀ ਮਤਲਬ ਬਹੁਤ ਜ਼ਿਆਦਾ ਵੱਡੀ ਸ਼ਰਾਰਤ ਕੀਤੀ ਹੋਵੇ ਅਤੇ ਗਾਲਾਂ ਪਈਆਂ ਹੋਣ? ਹਾਂ, ਮੈਂ ਕਰੀ ਨਾ ਬੋਲ ਨਾਲ ਖੇਡਦਾ ਪਿਆ ਸੀ, ਹਾਂ, ਅਤੇ ਸਾਡੇ ਘਰ ਦੇ ਬਾਹਰ ਕਿਸੇ ਦੇ ਸ਼ੀਸ਼ੇ ਆਏ ਹੋਏ ਸੀ ਬਹੁਤ ਸਾਰੇ, ਓਕੇ, ਉਹ ਨਹੀਂ ਹੁੰਦੀ ਖੱਚਰ ਰੇੜੀ ਹੈ ਨਾ, ਖੱਚਰ ਰੇੜੀ 'ਤੇ ਕਿਸੇ ਦੇ ਆਏ ਸੀ ਸ਼ੀਸ਼ੇ, ਓਕੇ, ਅਤੇ ਉਹ ਸ਼ੀਸ਼ੇ ਰੁਕੇ ਹੋਏ ਸੀਗੇ, ਹਾਂ, ਅਤੇ ਪਰ ਮੈਂ ਨਾ ਉਹ ਖੱਚਰ ਰੇੜੀ ਨੂੰ ਮਾਰਿਆ ਵੱਟਾ, ਓਕੇ, ਉਹ ਭੱਜ ਵੀ, ਅਤੇ ਉਹਦੇ ਸ਼ੀਸ਼ੇ ਸਾਰੇ ਟੁੱਟ ਗਏ, ਉਹ ਮੈਂ ਡਰ ਕੇ ਘਰੇ ਆ ਕੇ ਬਹਿ ਗਿਆ, ਅਤੇ ਮੇਰੇ ਪਾਪਾ ਆਏ ਮੇਰੇ ਕੋਲ, ਕਿਉਂਕਿ ਉਹਨੂੰ ਪਤਾ ਲੱਗ ਗਿਆ ਹੈ ਨਾ ਵੀ ਇਹਨੇ ਭਜਾਈ ਖੱਚਰ ਰੇੜੀ ਹੈ ਨਾ, ਅਤੇ ਸ਼ੀਸ਼ੇ ਸਾਰੇ ਟੁੱਟ ਗਏ, ਅਗਲੇ ਦਾ ਬਹੁਤ ਨੁਕਸਾਨ ਹੋਇਆ, ਮੈਨੂੰ ਉਹ ਸ਼ਰਾਰਤ ਕਦੀ ਨਹੀਂ ਭੁੱਲਦੀ। ਚਲੋ, ਸਟੱਡੀ 'ਚ ਕਿੱਦਾਂ ਦੇ ਸੀਗੇ ਤੁਸੀਂ? ਸਟੱਡੀ 'ਚ ਮੈਂ ਵਧੀਆ ਸੀ ਬਹੁਤ। ਸੱਚੀ? ਯਾ, ਮੈਂ ਪਲੱਸ 2 'ਚ ਆਪਦੇ ਡਿਸਟ੍ਰਿਕਟ 'ਚ ਟੌਪ ਕੀਤਾ ਸੀ। ਓ ਵਾਓ, ਆਰਟਸ 'ਚ ਕੀਤਾ ਸੀ, ਪਰ ਟੌਪ ਤਾਂ ਟੌਪ ਹੀ ਹੁੰਦਾ ਨਾ ਯਾਰ। ਯਾ, ਐਗਜ਼ੈਕਟਲੀ, ਟੌਪ ਤਾਂ ਟੌਪ ਹੁੰਦਾ ਹੈ ਯਾਰ। ਅਤੇ ਆਪਦੀ ਬੈਚਲਰਸ 'ਚ ਵੀ ਮੈਂ GNDU 'ਚ ਸੈਕਿੰਡ ਪੋਜੀਸ਼ਨ ਸੀ ਮੇਰੀ, ਮਿਊਜ਼ਿਕ ਇੰਸਟਰੂਮੈਂਟਲ ਐਂਡ ਵੋਕਲ 'ਚ। ਹਾਂ, ਮਾਸਟਰਸ 'ਚ ਮੇਰੇ ਗਾਣੇ ਚੱਲ ਗਏ, ਅਤੇ ਫਿਰ ਸ਼ੋਅ ਸ਼ੁਰੂ ਹੋ ਗਏ, ਸਕੈਜਲਸ ਬਿਜ਼ੀ ਹੋ ਗਏ, ਫਿਰ ਮੈਂ ਟਾਈਮ ਨਹੀਂ ਦੇ ਪਾਇਆ, ਹੁਣ ਨਹੀਂ ਮੈਨੂੰ ਲੱਗਦਾ ਰਿਜ਼ਲਟ ਇੰਨਾ ਵਧੀਆ ਆਉਣਾ। ਨਹੀਂ ਨਹੀਂ, ਰਿਜ਼ਲਟ ਤਾਂ ਬਹੁਤ ਵਧੀਆ ਹੀ ਨੇ। ਅਤੇ ਗੁਰਨਾਮ, ਤੁਹਾਡੇ ਪੇਰੈਂਟਸ ਕੀ ਕਹਿੰਦੇ ਆ ਵੀ ਸਾਡਾ ਮੁੰਡਾ ਕਿੱਦਾਂ ਦਾ ਹੈ? ਮੇਰੇ ਡੈਡ ਬਹੁਤ ਜ਼ਿਆਦਾ ਇੰਪ੍ਰੈਸ ਨਹੀਂ ਹੁੰਦੇ ਮੇਰੇ ਤੋਂ, ਹੀ ਇਜ਼ ਵਨ ਆਫ ਦੈਮ, ਕਿ ਜਿਹੜੇ ਲੋਕ ਕਮੀਆਂ ਕੱਢਦੇ ਆ ਹੈ ਨਾ, ਆਈ ਥਿੰਕ ਮੇ ਬੀ ਉਹ ਮੇਰੇ ਗਰੋ ਵਾਸਤੇ ਗਰੋਇੰਗ ਵਾਸਤੇ ਵਧੀਆ ਹੋਵੇ, ਬਟ ਸਟਿਲ ਹੀ ਇਜ਼ ਨੋਟ ਐਨ ਇੰਪ੍ਰੈਸਿਵ ਪਰਸਨ ਫੋਰ ਮੀ। ਅਤੇ ਮੰਮਾ ਵਾਹ ਵਧੀਆ, ਮੰਮਾ ਇਜ਼ ਵੈਰੀ ਕੂਲ, ਉਹਨਾਂ ਨੂੰ ਹਰ ਚੀਜ਼ ਮੇਰੀ ਪਸੰਦ ਆ, ਮੇਰੀਆਂ ਮਾੜੀਆਂ ਚੀਜ਼ਾਂ ਵੀ ਉਹਨਾਂ ਦੀਆਂ ਫੇਵਰੇਟ ਆ, ਪਰ ਡੈਡ ਬਹੁਤ ਕਮੀਆਂ ਹੁੰਦੀਆਂ, ਉਹਨੂੰ ਹਰ ਚੀਜ਼ 'ਚ ਅਪ ਟੂ ਦਾ ਲੈਵਲ ਪਰਫੈਕਸ਼ਨ ਚਾਹੀਦੀ ਆ, ਮੈਂ ਆਲਵੇਜ਼ ਟਰਾਈ ਕਰਦਾ, ਫਿਰ ਕਹਿੰਦਾ ਯਾਰ ਤੁਹਾਨੂੰ ਨਹੀਂ ਕੁਛ ਵੀ ਪਸੰਦ ਆਉਂਦਾ। ਤੁਸੀਂ ਕਿਹਦਾ ਸਟਾਈਲ ਫੋਲੋ ਕਰਦੇ ਹੋ, ਲਾਈਕ ਕਿਹਨੂੰ ਕਾਪੀ ਕਰਦੇ ਹੋ? ਨੋ, ਇਹ ਸਟਾਈਲ ਸੂਲ ਕਾਪੀ ਨਹੀਂ ਕਰਦਾ ਮੈਂ ਕਿਸੇ ਦਾ। ਤੁਹਾਡਾ ਆਪਣਾ ਸਟਾਈਲ? ਤੁਹਾਡਾ ਆਪਣਾ ਸਟਾਈਲ ਵੀ ਨਹੀਂ, ਬਸ ਮੈਨੂੰ ਇਦਾਂ ਹੁੰਦਾ ਕਿ ਲੋਕ ਸਟਾਈਲ ਬਣ ਜਾਂਦਾ ਬਾਅਦ 'ਚ, ਕੋਈ ਕਿਸੇ ਨੂੰ ਕਾਪੀ ਕਰੂਗਾ ਤਾਂ ਭਾਵੇਂ ਉਹ ਕਾਮਯਾਬੀ ਆ ਜਾਂ ਉੱਦਾਂ ਵੀ, ਮੈਂ ਕੰਫਰਟੇਬਲ ਫੀਲ ਹੀ ਨਹੀਂ ਕਰਦਾ ਜੇ ਮੈਂ ਕਦੇ ਲੱਗੇ ਵੀ ਕਹਿੰਦੇ ਅਰਗੇ ਕੱਪੜੇ ਪਾ ਲਈਏ ਤੇ ਪਾ ਕੇ ਮੈਨੂੰ ਠੀਕ ਨਹੀਂ ਲੱਗਦਾ, ਮੈਂ ਬਸ ਜਿੱਦਾਂ ਤੁਸੀਂ ਹੋ ਬਹੁਤ ਵਧੀਆ ਜੋ, ਹਾਂ ਉਹੀ ਬਸ ਠੀਕ ਆ, ਮੈਨੂੰ ਲੱਗਦਾ ਕਿ ਇਹੀ ਚੱਲਣਾ ਚਾਹੀਦਾ। ਤੁਸੀਂ ਕਿਹਦੇ ਫੈਨ ਹੋ ਨਾ? ਮੈਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਵੱਡਾ ਫੈਨ ਆ, ਓਕੇ, ਮਾਈਕਲ ਜੈਕਸਨ ਦਾ ਬਹੁਤ ਤਗੜਾ ਫੈਨ ਆ, ਓਕੇ,
ਚਲੋ ਮੇਰੇ ਕਹਿਣ ਤੋਂ ਪਹਿਲੇ ਤੁਸੀਂ ਸਟੈਪ ਕਰਕੇ ਦਿਖਾਤਾ, ਹੁਣ ਨੂਸਰਤ ਫਤਿਹ ਅਲੀ ਖਾਨ ਦਾ ਗਾਣਾ ਵੀ ਗਾ ਕੇ ਸੁਣਾ ਦੋ ਕੋਈ। ਮੇਰੇ ਰਸ਼ਕੇ ਕਮਲ ਤੂਨੇ ਪਹਿਲੀ ਨਜ਼ਰ, ਜਬ ਨਜ਼ਰ ਸੇ ਮਿਲਾਈ ਮਜ਼ਾ ਆ ਗਿਆ, ਫੁੱਲ ਲੈ ਕੇ ਆਈ ਮਜ਼ਾ ਆ ਗਿਆ। ਪਾਣੀ ਤਾਂ ਨਹੀਂ ਪੀਣਾ ਤੁਸੀਂ, ਪਾਣੀ ਵੀ ਨਹੀਂ ਪੁੱਛਿਆ ਯਾਰ। ਉਹ ਮੈਨੂੰ ਪਿਆਸ ਲੱਗ ਗਈ ਇੰਨੇ ਲਗਾਤਾਰ ਸਵਾਲਾਂ ਦੀ ਲੜੀ। ਔਰ ਇਹ ਸ਼ੋਅ ਦਾ ਸਭ ਤੋਂ ਵੱਡਾ ਡਿਫਰੈਂਸ ਕੀ ਹੈ ਕਿ ਕੱਟ ਨਹੀਂ ਕਰਦੇ, ਹਾਂਜੀ ਇਹ ਚੱਲੀ ਜਾਣ ਦਿੰਦੇ ਆ, ਹਾਂਜੀ, ਤੇ ਇਥੋਂ ਪਤਾ ਲੱਗਦਾ ਕਿ ਬੰਦਾ ਕਿੰਨਾ ਕੁ ਨੈਚੁਰਲ ਐਕਟਰ ਆ। ਯੈਸ, ਤੇ ਤੁਸੀਂ ਕਦੇ ਕਿਸੇ ਦੀ ਮਿਮਿਕਰੀ ਕੀਤੀ ਆ? ਨਹੀਂ ਕਦੇ, ਨਹੀਂ ਕੀਤੀ ਤਾਂ ਹੋਣੀ ਹੈ, ਐਦਾਂ ਨਹੀਂ ਹੋ ਸਕਦਾ। ਨਹੀਂ ਨਹੀਂ ਮੈਨੂੰ ਬਿਲਕੁਲ, ਤੁਸੀਂ ਐਕਟਰ ਬਹੁਤ ਚੰਗੇ ਐਕਟਰ ਹੋ, ਤੁਸੀਂ ਕਿਸੇ ਦਾ ਮਿਮਿਕਰੀ ਕਰਕੇ ਦਿਖਾਓ ਯਾਰ। ਕਿਸੇ ਦੀ ਮਿਮਿਕਰੀ ਪਤਾ ਕੀ ਆ, ਮੈਨੂੰ ਡਾਇਲੌਗ ਡੋਲੋਗ ਤਾਂ ਬੋਲਣੇ ਨਹੀਂ ਆਉਂਦੇ ਜਿਹੜੇ ਉਹ ਇਦਾਂ ਬੋਲਦੇ ਆ। ਨਹੀਂ ਕੁਛ ਵੀ, ਕੁਛ ਵੀ ਜਿੱਦਾਂ, ਹਾਂ ਇੱਕ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਆ, ਤੁਹਾਨੂੰ ਗੱਗੂ ਗਿੱਲ ਸਾਹਿਬ ਨਾ, ਹਾਂਜੀ ਹਾਂਜੀ, ਉਹਨਾਂ ਦੀ ਇੱਕ ਉਹ ਇੱਦਾਂ ਐਂ ਕਰਕੇ ਬੈਠ, ਐਂ ਪਤਾ ਨਹੀਂ, ਇੱਕ ਮਿੰਟ ਮੈਂ ਟਰਾਈ ਕਰਦਾ। ਹਾਂ ਰਾਣੋ, ਪਤਾ ਨਹੀਂ ਰਾਣੋ ਹੈ ਕਿ ਨਹੀਂ ਡਾਇਲੌਗ 'ਚ, ਪਰ ਇੱਦਾਂ ਹੀ ਮੇਰੇ ਜਨਾ ਗੁੱਸਾ ਹੈ ਹੀ ਨਹੀਂ ਤਾਂ ਮੈਨੂੰ। ਇਹ ਬਹੁਤ ਵਧੀਆ ਸੀ। ਹਾਂ ਤੇ ਲਾਸਟ ਸੌਂਗ ਕਿਹੜਾ ਸੁਣਿਆ ਸੀ? ਲਾਸਟ ਸੌਂਗ ਕਿਹੜਾ ਸੁਣਿਆ ਸੀ? ਹਾਂਜੀ, ਲੋਕ ਫਸਟ ਪੁੱਛਦੇ ਹੁੰਦੇ ਆ ਲਾਸਟ ਕਿਹਨੂੰ ਯਾਦ ਰਹਿੰਦਾ। ਨਹੀਂ ਲਾਸਟ ਦੱਸੋ। ਮੈਂ ਅੱਜ ਹੁਣੇ ਰਸਤੇ ਸੁਣ ਕੇ ਆ ਰਿਹਾ ਸੀਗਾ, ਇੱਕ ਮਿੰਟ ਯਾਦ ਕਰ ਲਾਂ, ਇੰਨਾ ਸੋਹਣਾ ਗਾਣਾ ਸੀ ਨੁਸਰਤ ਸਾਹਿਬ ਦਾ ਹੀ ਸੀਗਾ, ਆਹ ਵਾਲਾ ਸਾਂਸੋਂ ਕੀ ਮਾਲਾ ਪੇ, ਉਹ ਬਹੁਤ ਚੱਲਦਾ ਰਹਿੰਦਾ ਮੇਰੇ ਲੈਪਟੋਪ ਦੇ ਡੈਸਕਟੋਪ 'ਤੇ ਵੀ ਪਿਆ, ਅਤੇ ਮੇਰੀ ਪਲੇ ਮਿਊਜ਼ਿਕ 'ਚ ਵੀ ਫਸਟ ਨੰਬਰ 'ਤੇ ਹੀ ਆ, ਆਲਵੇਜ਼ ਮੈਂ ਸੁਣਦਾ ਰਹਿੰਦਾ। ਲਾਸਟ ਮੂਵੀ ਕਿਹੜੀ ਦੇਖੀ ਸੀ? ਲਾਸਟ ਮੂਵੀ ਗੋਲਕ ਬੁਗਣੀ ਬੈਂਕ 'ਤੇ ਬਟੂਆ, ਮੂਵੀ ਦਾ ਨਾਮ ਵੀ ਯਾਦ ਹੋ ਗਿਆ ਦੇਖ ਲਓ। ਕਿਆ ਬਾਤ ਹੈ, ਕੋਈ ਇਹੋ ਜਿਹੀ ਮੂਵੀ ਦੇਖੀ ਹੈ ਮਤਲਬ ਕਿ ਦੇਖ ਕੇ ਨਾ ਬਹੁਤ ਰੋਣਾ ਆਇਆ ਹੋਵੇ? ਹਾਂ ਮੈਨੂੰ 1984 ਪੰਜਾਬ 1984 ਆਈ ਥਿੰਕ ਦੈਟ ਇਜ਼ ਦਾ ਓਨਲੀ ਵਨ ਮੂਵੀ ਕਿ ਮੈਨੂੰ ਦੇਖ ਕੇ ਰੋਣਾ ਆ ਗਿਆ ਸੀ ਸੱਚੀ। ਤੇ ਕਿਹੜਾ ਸੀਨ ਸੀਗਾ ਉਹ ਜਦੋਂ ਐਂਡ ਤੇ ਉਹ ਮਤਲਬ ਹੀਰੋ ਡੈਥ ਹੁੰਦੀ ਹੈ ਹੀਰੋ ਦੀ ਤੇ ਉਹਦੀ ਮਾਰ ਹੁੰਦੀ ਆ, ਤੇ ਉਹਦਾ ਰੀਜ਼ਨ ਇਹ ਆ ਕਿ ਮੇਰਾ ਮੰਮਾ ਨਾਲ ਬਹੁਤ ਪਿਆਰ ਆ ਹਨਾ, ਤੇ ਮੰਮਾ ਵੀ ਸੀਗੇ ਨਾਲ ਤੇ ਅਸੀਂ ਦੋਨੇ ਰੋਂਦੇ ਪਏ ਸੀ। ਓਕੇ, ਤੇ ਫ੍ਰੀ ਟਾਈਮ 'ਚ ਕਿੱਥੇ ਜਾਣਾ ਪਸੰਦ ਕਰਦੇ ਤੁਸੀਂ? ਫ੍ਰੀ ਟਾਈਮ 'ਚ ਮੈਨੂੰ ਗਰਾਊਂਡ ਬਹੁਤ ਵਧੀਆ ਲੱਗਦਾ ਬਾਸਕਟਬਾਲ ਖੇਡਣਾ, ਤੇ ਕ੍ਰੋਸ ਕੰਟਰੀ ਜਾਣਾ, ਕ੍ਰੋਸ ਕੰਟਰੀ ਰਨਿੰਗ ਜਾਣਾ, ਇਹ ਚੀਜ਼ਾਂ ਵਧੀਆ ਲੱਗਦੀਆਂ। ਲਾਈਕ ਮੈਨੂੰ ਬਾਹਲਾ ਜਿੱਦਾਂ ਡਰਾਈਵ ਕਰਨ ਦਾ ਸ਼ੌਂਕ ਨਹੀਂ, ਉੱਦਾਂ ਘੁੰਮਣ ਦਾ ਸ਼ੌਂਕ ਆ ਸੀ, ਸਾਈਕਲਿੰਗ ਦਾ ਵਧੀਆ ਮੈਨੂੰ ਬਹੁਤ ਵਧੀਆ ਲੱਗਦਾ। ਓਕੇ, ਸੰਡੇਜ਼ ਈਵਨਿੰਗ ਆਪਾਂ ਸਾਈਕਲਿੰਗ 'ਤੇ ਜਾਂਦੇ ਹਾਂ, ਉਹ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ, ਫਰੈਸ਼ ਕਰਦੀਆਂ ਮਾਇੰਡ ਨੂੰ, ਟੈਨਸ਼ਨ ਇਹਦਾ ਲੱਗਦਾ ਹੈ ਹੀ ਨਹੀਂ, ਬਹੁਤ ਤੁਹਾਨੂੰ ਦੇਖ ਕੇ ਲੱਗ ਰਿਹਾ ਮੈਨੂੰ। ਫੇਵਰੇਟ ਇੰਸਟਰੂਮੈਂਟ ਕਿਹੜਾ ਹੈ? ਫੇਵਰੇਟ ਇੰਸਟਰੂਮੈਂਟ ਗਿਟਾਰ। ਉਹ ਤਾਂ ਯਾਰ ਵੈਸੇ ਮੈਨੂੰ ਪਤਾ ਹੀ ਸੀ, ਬਟ ਫਿਰ ਵੀ ਮੈਂ ਪੁੱਛਣਾ ਹੀ ਸੀ। ਗਿਟਾਰ ਨਹੀਂ ਵਧੀਆ ਆਉਂਦੀ ਨੀ ਸੀ, ਗਿਟਾਰ ਮੈਂ ਸਿੱਖੀ ਉਦੋਂ ਜਦੋਂ ਮੈਨੂੰ ਲੱਗਿਆ ਕਿ ਯਾਰ ਮੈਨੂੰ ਗਿਟਾਰ ਵੀ ਹੋਣੀ ਚਾਹੀਦੀ ਆ, ਜਿੱਦਾਂ ਗਿਟਾਰ ਦੀ ਟਿਊਨ ਮੈਨੂੰ ਬਹੁਤ ਬਹੁਤ ਪਸੰਦ ਆ ਆਪਦੇ, ਮੇਰੇ ਕਈ ਗਾਣੇ ਤੁਸੀਂ ਦੇਖੀ ਹੋਣੀ ਮੈਂ ਗਿਟਾਰ ਬਹੁਤ ਯੂਜ਼ ਕਰਦਾ, ਫਿਰ ਉਸ ਤੋਂ ਬਾਅਦ ਪਰਫੈਕਸ਼ਨ ਜਿਹੜੀ ਹੈ ਮੈਂ ਕਾਫੀ ਲੇਟ, ਮੈਨੂੰ ਉਦੋਂ ਤੱਕ ਤੇ ਟਾਈਮ ਟੱਪ ਗਿਆ ਸੀ ਕਾਲਜ ਦਾ। ਸੋ ਓਕੇ, ਤੁਹਾਡਾ ਫੇਵਰਿਟ ਸਿੰਗਰ? ਫੇਵਰਿਟ ਸਿੰਗਰ ਬਹੁਤ ਸਾਰੇ ਆ, ਸਾਰੇ ਵਧੀਆ ਹੈ ਮੈਨੂੰ। ਆਈ ਥਿੰਕ ਤੁਹਾਨੂੰ ਇਹ ਕੁਐਸਚਨ ਪੁੱਛਣਾ ਚਾਹੀਦਾ ਫੇਵਰਿਟ ਸੌਂਗਸ ਮੈਨੂੰ ਬਹੁਤ ਪਸੰਦ ਆ ਸਾਰੇ, ਕੋਈ ਕਈ ਵਾਰੀ ਨਵੇਂ ਗਾਣੇ ਵੀ ਹੁੰਦੇ ਆ ਕੋਈ ਨਵੇਂ ਮੁੰਡੇ ਦੇ ਵੀ, ਉਹ ਵੀ ਮੈਨੂੰ ਵਧੀਆ ਲੱਗਦੇ ਆ, ਪਾਰਟਿਕੂਲਰ ਨਾਮ ਲੈਣਾ ਬਹੁਤ ਔਖਾ ਹੋਇਆ। ਇੱਕ ਮਤਲਬ ਫੇਵਰਿਟ ਹੁੰਦਾ ਨਾ ਕਿਸੇ ਦਾ ਵੀ, ਨੁਸਰਤ ਫਤਿਹ ਅਲੀ ਖਾਨ ਸਾਹਿਬ, ਹਾਂਜੀ, ਆਲਵੇਜ਼ ਮਾਈ ਫੇਵਰਿਟ। ਓਕੇ, ਫੇਵਰਿਟ ਮੂਵੀ? ਫੇਵਰਿਟ ਮੂਵੀ ਰੌਕਸਟਾਰ। ਓਕੇ, ਆਈ ਵੀ ਨਹੀਂ ਯਾਦ ਆ। ਫੇਵਰਿਟ ਐਕਟਰ? ਫੇਵਰਿਟ ਐਕਟਰ ਆਮਿਰ ਖਾਨ। ਆਮਿਰ ਖਾਨ, ਓਕੇ, ਉਹਨਾਂ ਦਾ ਕੋਈ ਡਾਇਲੌਗ ਯਾਦ ਹੈ? ਹਾਂ ਯਾਰ ਤੁਸੀਂ ਕਿੱਦਾਂ ਕੁਐਸਚਨ ਪੁੱਛਿਆ ਨਾ, ਉਹਨਾਂ ਦਾ ਡਾਇਲੌਗ ਯਾਦ ਹੋਣਾ, ਬਹੁਤ ਸਾਰੇ ਡਾਇਲੌਗ ਆ ਯਾਰ। ਫੇਵਰਿਟ ਐਕਟਰ ਹੈ ਤੁਹਾਡੇ ਯਾਰ? ਪਰ ਉਹ ਹੀ ਇਜ਼ ਨਾਟ ਕਾਈਂਡ ਆਫ ਪਰਸਨ ਕਿ ਜਿਨ੍ਹਾਂ ਦੇ ਡਾਇਲੌਗ ਯਾਦ ਰੱਖਦੇ ਆ ਲੋਕ, ਆਈ ਥਿੰਕ ਨਾਟ, ਉੱਦਾਂ ਦਾ ਨਹੀਂ ਉਹਨਾਂ ਦਾ ਕੋਈ ਕੋਈ ਡਾਇਲੌਗ ਨਹੀਂ ਕਿ ਪਰਟੀਕੁਲਰ ਡਾਇਲੌਗ ਫੇਮਸ ਹੋਇਆ, ਜਿੱਦਾਂ ਅਨਿਲ ਕਪੂਰ ਦਾ ਛਕਾਸ ਫੇਮਸ ਆ ਹਨਾ, ਇੱਦਾਂ ਸ਼ਾਹਰੁਖ ਖਾਨ ਦਾ ਜਿੱਦਾਂ ਇਹ ਸਟਾਈਲ ਫੇਮਸ ਆ, ਆਮਿਰ ਖਾਨ ਦੀ ਐਕਟਿੰਗ ਉਹ ਹਰ ਵਾਰ ਹੀ ਬੰਦਾ ਵੜ ਜਾਂਦਾ ਨਵੇਂ ਐਕਟ 'ਚ ਕਿ ਹਨਾ, ਇੱਦਾਂ ਦੇ ਆਨਸਰ ਲੈਣੇ ਚਾਹੀਦੇ ਗੁਰਨਾਮ ਨੂੰ। ਆਈ ਥਿੰਕ ਐਕਟਰੈਸ ਦੱਸ ਦਿਓ ਫਿਰ। ਐਕਟਰੈਸ? ਯੈਸ, ਐਕਟਰੈਸ ਦੀਪਿਕਾ ਪਾਦੂਕੋਨ। ਓਕੇ,
ਠੀਕ ਆ। ਫੇਵਰੇਟ ਕਲਰ? ਫੇਵਰੇਟ ਕਲਰ, ਫੇਵਰੇਟ ਕਲਰ ਹੁਣ ਪਾਉਣ ਕੱਪੜੇ ਪਾਉਣ 'ਚ ਤਾਂ ਬਲੈਕ ਵਧੀਆ ਲੱਗਦਾ ਮੈਨੂੰ, ਬਲੈਕ ਰੈੱਡ, ਅਤੇ ਉੱਦਾਂ ਦੇਖਣ ਨੂੰ ਮੈਨੂੰ ਪੈਰਟ ਕਲਰ ਵਧੀਆ ਲੱਗਦਾ। ਓਕੇ, ਫੇਵਰੇਟ ਸਪੋਰਟਸ ਕਿਹੜੀ ਆ ਤੁਹਾਡੀ? ਬਾਸਕਟਬਾਲ। ਬਾਸਕਟਬਾਲ ਖੇਡਦੇ ਹੋ? ਹਾਂ। ਫੇਵਰੇਟ ਟੀਮ ਕਿਹੜੀ ਆ? ਫੇਵਰੇਟ ਟੀਮ ਬਾਸਕਟਬਾਲ ਦੀ? ਹਾਂਜੀ। ਬਾਸਕਟਬਾਲ ਵੇਖਦਾ ਨਹੀਂ ਮੈਂ। ਫੇਵਰੇਟ ਟੀਮ ਤਾਂ ਇੰਡੀਆ ਕ੍ਰਿਕਟ 'ਚ। ਓਕੇ, ਫੇਵਰੇਟ ਪਲੇਅਰ ਦੱਸ ਦਿਓ ਫਿਰ ਕਿਹੜਾ ਹੈ? ਫੇਵਰੇਟ ਪਲੇਅਰ ਵਿਰਾਟ ਕੋਹਲੀ। ਓਕੇ, ਤੇ ਗੁਰਨਾਮ ਜਿਹੜੇ ਕੁਐਸਚਨਸ ਮੈਂ ਹੁਣ ਪੁੱਛਣ ਲੱਗੀ ਹਾਂ ਉਹਨਾਂ ਦਾ ਆਨਸਰ ਤੁਸੀਂ ਇੱਕ ਵਰਡ 'ਚ ਦੇਣਾ ਹੈ। ਓਕੇ। ਗੁਰਨਾਮ ਐਜ਼ ਯਾਰ? ਸਿਰਾ। ਗੁਰਨਾਮ ਐਜ਼ ਪਿਆਰ? ਨਾਟ ਗੁੱਡ। ਗੁਰਨਾਮ ਐਜ਼ ਅ ਸਿੰਗਰ? ਓਕੇ ਓਕੇ। ਗੁਰਨਾਮ ਐਜ਼ ਅਨ ਐਕਟਰ? ਟ੍ਰਾਇੰਗ ਮਾਈ ਬੈਸਟ। ਗੁਰਨਾਮ ਇਨ ਪੰਜਾਬੀ ਇੰਡਸਟਰੀ? ਗਰੋਇੰਗ ਆਰਟਿਸਟ। ਗੁਰਨਾਮ ਦਾ ਬੈਕਅਪ ਪਲਾਨ ਕੀ ਸੀ? ਬੈਕਅਪ ਪਲਾਨ ਇਹ ਸੀ ਕੈਨੇਡਾ ਜਾ ਕੇ ਡਰਾਈਵਰੀ ਕਰਨੀ ਹੈ। ਓਕੇ, ਬੈਕਅਪ ਪਲਾਨ ਤੇ ਬਹੁਤ ਸਾਰੇ ਸੀ ਮੇਰੇ। ਓਕੇ, ਪਰ ਸ਼ੁਕਰ ਆ ਵਾਹਿਗੁਰੂ ਦਾ, ਬੈਕਅਪ ਪਲਾਨ ਤਾਂ ਕੋਈ ਨਹੀਂ ਦਿੱਤਾ। ਗੁਰਨਾਮ ਦੀ ਲਾਈਫ ਦਾ ਟਰਨਿੰਗ ਪੁਆਇੰਟ? ਟਰਨਿੰਗ ਪੁਆਇੰਟ ਤੇਰੇ ਗੁੱਟ ਨੂੰ ਗੜਾ ਸਰਦਾਰ ਨਹੀਂ ਏ। ਠੀਕ ਆ ਯਾ? ਹਾਂ, ਅੱਗੇ ਵਾਲੀ ਲਾਈਨ। ਡਾਇਮੰਡ ਦੀ ਝਾਂਚਰ ਪਾ ਦਾਂਗੇ, ਮਹਿੰਗੀ ਆਉਂਦੀ ਪਰ ਪਾ ਦਾਂਗੇ। ਮੈਂ ਇੱਕ ਦਿਨ ਮੈਨੂੰ ਕਿਸੇ ਨੇ ਫੋਨ ਤੇ ਪੁੱਛਿਆ ਕਿ ਇੰਨੀ ਮਹਿੰਗੀ ਆਉਂਦੀ ਡਾਇਮੰਡ ਦੀ ਝਾਂਚਰ, ਤੁਸੀਂ ਐਵੇਂ ਗਾਣੇ ਗਾਈ ਜਾਂਦੇ ਆ? ਅਤੇ ਮੈਂ ਕਿਹਾ ਯਾਰ ਹਾਂ। ਫਿਰ ਮੈਂ ਸਪੈਸ਼ਲੀ ਉਹਨੂੰ ਗੋਲਡਸਮਿਥ ਨੂੰ ਫੋਨ ਕੀਤਾ, ਮੈਂ ਕਿਹਾ ਦੱਸੋ ਐਡੀ ਕਿੱਡੀ ਕੁ ਮਹਿੰਗੀ ਆਉਂਦੀ ਆ ਝਾਂਚਰ, ਹੈ ਨਾ? ਕਿਤੇ ਮੈਨੂੰ ਹੀ ਕੋਈ ਪੁੱਛ ਲਵੇ ਵੀ ਤੂੰ ਮੈਨੂੰ ਵੀ ਲੈ ਕੇ ਤੇ ਗਾਣੇ ਗਾਈ ਜਾਂਦਾ, ਐਡੀ ਵੀ ਨਹੀਂ ਮਹਿੰਗੀ ਆਉਂਦੀ, ਤੁਸੀਂ ਲੈ ਸਕਦੇ ਆ। ਓਕੇ, ਅਤੇ ਮੇਰੇ ਕੋਲ ਹਜੇ ਨਾ ਇੱਕ 2-3 ਫੋਟੋਗ੍ਰਾਫਸ ਨੇ ਤੁਹਾਡੀਆਂ। ਅੱਛਾ, ਅਤੇ ਇਹਨਾਂ ਬਾਰੇ ਸਾਨੂੰ ਦੱਸੋ ਕਿ ਇਹ ਫੋਟੋ ਨਾ ਵੈਸੇ ਮੇਰੇ ਪਰਸਨਲੀ ਮੈਨੂੰ ਬਹੁਤ ਕਿਊਟ ਲੱਗਦੀ ਆ, ਇਹ ਮੇਰੇ ਨਾਲ ਪਹਿਲੀ ਵਾਰੀ ਹੋਣ ਲੱਗਿਆ, ਅਤੇ ਇਹਦੇ ਬਾਰੇ ਦੱਸੋ ਕਿ ਇਹ ਕਿਊਟ ਜਾਂ ਗਿਫਟ, ਇਹ ਕਿਊਟ ਜਾਂ ਮੁੰਡਾ, ਇਹ ਕੀ ਕਰ ਰਿਹਾ? ਗਿਫਟ ਨਹੀਂ ਆ, ਮੈਂ ਕੈਨੇਡਾ ਸੀਗਾ, ਮੇਰੇ ਮਾਮਾ ਜੀ ਦਾ ਬੇਟਾ। ਹਾਂਜੀ, ਦੇਖੋ ਦੇਖੋ, ਸਹੀ ਸੀ ਕਿ ਮੈਂ ਕੈਨੇਡਾ ਸੀ, ਮੇਰੇ ਮਾਮਾ ਜੀ ਦਾ ਬੇਟਾ ਸਾਹਿਬ, ਬਹੁਤ ਛੋਟਾ ਉਹ। ਓਕੇ, ਅਤੇ ਉਹਨੂੰ ਟੈਡੀਜ਼ ਦਾ ਬਹੁਤ ਸ਼ੌਂਕ ਆ, ਉਹਦੇ ਰੂਮ 'ਚ ਪਿਆ ਸੀ, ਅਤੇ ਉਹ ਚੱਕ ਕੇ ਜਦੋਂ ਅਸੀਂ ਕਿਤੇ ਘੁੰਮਣ ਗਏ ਉਹਦੇ ਨਾਲ ਹੀ ਚੱਕ ਲਿਆ ਉਹਨੇ, ਉਹਦੇ ਤੋਂ ਮੈਂ ਫੜ ਕੇ ਫਟਾਫਟ ਸੈਲਫੀਆਂ ਦੇ ਫਿਰ ਆਤੀ ਆਪਾਂ ਨੂੰ। ਅਤੇ ਇਹ ਗੋਲੂ ਮੋਲੂ ਜਿਹਾ ਮੁੰਡਾ, ਇਹਦੇ ਬਾਰੇ ਦੱਸੋ। ਇਹ ਮੇਰਾ ਪਹਿਲਾ ਰਿਐਲਿਟੀ ਸ਼ੋਅ ਆ, ਮੇਰੇ ਆਈ ਬਿਲੋਂਗ ਟੂ ਫਾਜ਼ਿਲਕਾ। ਹਾਂਜੀ, ਉੱਥੇ ਫਾਜ਼ਿਲਕਾ ਆਈਡਲ ਇੱਕ ਸ਼ੋਅ ਹੋਇਆ ਸੀ। ਓਕੇ, ਇਹ ਮੈਂ ਜਿੱਤਿਆ ਸੀ ਉਸ ਦਿਨ। ਓਕੇ, ਮੇਰੀ ਫਸਟ ਮੇਬੀ ਫਸਟ ਕੰਟੈਸਟ ਕਹਿ ਲਓ ਜਾਂ ਫਸਟ ਕੰਪੀਟੀਸ਼ਨ, ਸਟੇਜ ਕੰਪੀਟੀਸ਼ਨ ਇਹ ਸੀਗਾ ਮੇਰਾ। ਓਕੇ, ਅਤੇ ਇਸ ਫੋਟੋ ਬਾਰੇ ਦੱਸੋ। ਹਾਂ, ਇਹਦੇ ਇਹ ਹੈ ਇੱਕ ਉੱਥੇ ਸਾਡੇ ਫਾਜ਼ਿਲਕਾ ਡੀ ਏ ਵੀ ਕਾਲਜ ਆ, ਉੱਥੇ ਮੈਂ ਹੀਰ ਦੀ ਕਲੀ ਗਾ ਰਿਹਾ। ਹਾਂ, ਮੈਂ ਇਹ ਪੁੱਛਣਾ ਸੀ ਵੀ ਇਹਦੇ 'ਚ ਤੁਹਾਨੂੰ ਯਾਦ ਹੈ ਵੀ ਤੁਸੀਂ? ਹਾਂ, ਮੈਨੂੰ ਯਾਦ ਆ, ਮੈਂ ਹੀਰ ਦੀ ਕਲੀ ਹਰਭਜਨ ਮਾਨ ਬਾਈ ਦੀ ਉਹਨਾਂ ਦੀ ਕਲੀ ਆਈ ਸੀਗੀ। ਹਾਂਜੀ, ਰੋਂਦੀ ਬਿਲਕਦੀ ਹੀਰ ਨੇ ਸ਼ਗਨਾਂ ਦੀ ਮਹਿੰਦੀ ਲਾ ਲਈ। ਓਕੇ, ਮੈਂ ਉਹਦਾ ਇਹ ਗਾ ਰਿਹਾ। ਓਕੇ, ਵੈਰੀ ਨਾਈਸ। ਅਤੇ ਹੁਣ ਫਾਈਨਲ, ਅਤੇ ਮੈਨੂੰ ਹੁਣ ਨਾ ਤੁਸੀਂ ਫਸ ਗਏ ਹੋ ਵੈਸੇ, ਤੁਸੀਂ ਨਾ ਬਤਾਉਣਾ ਮੈਨੂੰ ਕਿ ਇਹ ਫੋਟੋ ਕੀ ਕਹਿ ਰਹੀ ਹੈ। ਇਹ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੋਣਾ ਕਿ ਫੋਟੋ ਕੀ ਕਹਿ ਰਹੀ ਹੈ। ਹਾਂ, ਤੁਸੀਂ ਦੱਸੋ ਨਾ। ਆਈ ਲਵ ਫਲਾਵਰਸ। ਓਕੇ, ਆਈ ਰੀਅਲੀ ਲਵ ਫਲਾਵਰਸ। ਤੁਸੀਂ ਇੱਕ ਕੁਐਸਚਨ ਪੁੱਛਿਆ ਸੀ ਕਿ ਕਿਹੜੀ ਚੀਜ਼ ਤੁਹਾਨੂੰ ਬਹੁਤ ਖੁਸ਼ੀ ਦਿੰਦੀ ਆ। ਆਈ ਥਿੰਕ ਫੁੱਲ ਇੱਕ ਇੱਦਾਂ ਦੀ ਚੀਜ਼ ਆ ਜਿਹੜੇ ਮੈਨੂੰ ਬਹੁਤ ਖੁਸ਼ੀ ਦਿੰਦੇ ਆ, ਆਲਵੇਜ਼ ਸੱਚੀ ਮੇਰੇ ਫੇਵਰੇਟ ਆ। ਤੇ ਇਹਦੀ ਕੈਪਸ਼ਨ ਤੁਸੀਂ ਪੜ੍ਹ ਕੇ ਦੱਸੋਗੇ ਜਿਹੜੀ ਤੁਸੀਂ ਲਿਖੀ ਸੀ? ਮੈਂ ਕੀ ਕਰਾਂ, ਮੈਨੂੰ ਇੰਨਾ ਫੁੱਲਾਂ ਨਾਲ ਪਿਆਰ ਹੋ ਗਿਆ। ਤੇ ਇਹ ਫੁੱਲ ਤੁਹਾਨੂੰ ਐਗਜ਼ੈਕਟਲੀ ਕਿਹਨੇ ਦਿੱਤੇ ਸੀਗੇ? ਇਹ ਦਿੱਤੇ ਨਹੀਂ ਕਿਸੇ ਨੇ, ਇਹ ਆਈ ਥਿੰਕ ਸਰੀ 'ਚ ਓਕੇ ਕਿਸੇ ਦੇ ਘਰ ਦੇ ਬਾਹਰ ਲੱਗਿਆ ਹੋਇਆ ਸੀ ਇੱਦਾਂ ਬਹੁਤ ਸਾਰੇ ਫਲਾਵਰਸ। ਓਕੇ, ਜਿੱਦਾਂ ਗੋਲ ਗੋਲ ਸੀਗਾ ਅੱਜ ਹੀ ਕਹਿੰਦਾ ਵੀ ਕਹਿੰਦੇ ਜੱਫੀ ਪਾ ਲਓ ਹਨਾ। ਓਕੇ, ਤਾਂ ਫਿਰ ਮੈਂ ਜੱਫੀ ਪਾ ਲਈ। ਓਕੇ ਗੁਰਨਾਮ, ਥੈਂਕ ਯੂ ਸੋ ਮੱਚ, ਤੁਹਾਡੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ, ਹੋਪ ਤੁਹਾਨੂੰ ਫਿਰ ਛੇਤੀ ਮਿਲਾਂਗੇ। ਹਾਂ, ਮਿਲਦੇ ਰਹੋ ਯਾਰ ਹਨਾ, ਤੇ ਸੱਚੀ ਤੁਹਾਡਾ ਬਹੁਤ ਘੈਂਟ ਆ ਕੰਮ, ਮੈਨੂੰ ਬਹੁਤ ਵਧੀਆ ਲੱਗਿਆ। ਥੈਂਕ ਯੂ ਸੋ ਮੱਚ, ਇਦਾਂ ਕੱਟ ਕੱਟ ਕਰਕੇ ਇੱਕ ਇੰਟਰਵਿਊ ਕੱਢਣ 'ਚ ਪਤਾ ਨਹੀਂ ਮਹੀਨੇ ਲੱਗ ਜਾਂਦੇ ਆ। ਸੋ ਇਟਸ ਗੁੱਡ, ਇਦਾਂ ਹੀ ਹੋਣੀ ਚਾਹੀਦੀ, ਜੇ ਕੋਈ ਇੰਟਰਵਿਊ ਕਿਸੇ ਦੀ ਹੋਵੇ ਤਾਂ ਦਿਸ ਇਜ਼ ਦਾ ਵੇ ਕਿ ਬੰਦਾ ਨੈਚੁਰਲ ਰਹੇ। 20 ਮਿੰਟ ਤੁਸੀਂ ਬਸ ਉਹਨੂੰ ਕੈਪਚਰ ਕਰਨਾ, ਨੋ ਕੱਟ। ਤੇ ਮੈਂ ਵੀ ਚਾਹੁੰਦੀ ਹਾਂ ਕਿ ਤੁਹਾਡੇ ਵਰਗੇ ਸਾਡੇ ਸਟਾਰ ਹੋਣ ਜਿਨ੍ਹਾਂ ਨਾਲ ਖੁੱਲ ਕੇ ਗੱਲਾਂ ਬਾਤਾਂ ਕਰੀ ਜਾਵੇ। ਹਾਂ, ਜਦੋਂ ਆਏ ਫਲਾਵਰਸ ਯੂ نو ਯਾ ਐਗਜ਼ੈਕਟਲੀ, ਹੁਣ ਤਾਂ ਮੈਨੂੰ ਪਤਾ ਚੱਲ ਗਿਆ ਕੀ ਲੈ ਕੇ ਆਣਾ। ਥੈਂਕ ਯੂ, ਥੈਂਕ ਯੂ ਸੋ ਮੱਚ, ਬਾਏ, ਥੈਂਕ ਯੂ ਸੋ ਮੱਚ।